ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਸਿੰਗੋਨਲਾਈਨ। ਅੱਜ ਮੇਰੇ ਨਾਲ ਨੇ ਪ੍ਰੋਡਿਊਸਰ ਨੌਕਰ ਵਹੁਟੀ ਦਾ ਜੀ, ਅੱਜ ਉਹਦੇ ਨਾਲ ਗੱਲਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਜੀ, ਤੁਹਾਡਾ ਫਸਟ ਪ੍ਰੋਜੈਕਟ ਹੈ, ਸੋ ਤੁਹਾਨੂੰ ਕਿਵੇਂ ਦਾ ਐਕਸਪੀਰੀਅੰਸ, ਕਿਵੇਂ ਦਾ ਇਸ ਦੇ ਵਿੱਚ ਐਕਸਪੀਰੀਅੰਸ ਹੈ? ਬਾਲੀਵੁੱਡ ਕਾ ਹੈ, ਔਰ ਪਹਿਲੀ ਪਿਕਚਰ ਮੇਰੀ ਸ਼ਾਦੀ ਤੇਰੀ ਬਜਾਏਂਗੇ ਹਮ ਬੈਂਡ ਦੀ, ਤੋ ਅਬ ਸੋਚਾ ਕਿ ਪੰਜਾਬੀ ਮੇਂ ਵੀ ਕੁਛ ਕਰਤੇ ਹੈਂ, ਹਿੰਦੀ ਤੋ ਕਰ ਹੀ ਰਹੇ ਹੈਂ, ਤੋ ਮੈਨੇ ਕਿਹਾ ਸਮੀਪ ਜੀ ਜਬ ਮਿਲੇ ਤੋ ਮੈਨੇ ਕਿਹਾ ਕੁਛ ਅੱਛਾ ਪੰਜਾਬੀ ਕਰਤੇ ਹੈਂ, ਕਿਉਂਕਿ ਅੱਛੇ ਡਾਇਰੈਕਟਰ, ਅੱਛੀ ਟੀਮ ਹੈ, ਔਰ ਐਕਟਰਸ ਵੀ ਕਾਫੀ ਅੱਛੇ ਹੈ, ਬਿੰਨੂ, ਢਿੱਲੋਂ ਜੀ ਹੈ, ਗੁਰਪ੍ਰੀਤ ਜੀ ਹੈ, ਔਰ ਜਸਵਿੰਦਰ ਭੱਲਾ ਜੀ ਹੈ, ਕੁਲਰਾਜ, ਰੰਧਾਵਾ ਹੈ, ਤੋ ਮੈਨੇ ਕਿਹਾ ਇੱਕ ਅੱਛੀ ਟੀਮ ਕੇ ਸਾਥ ਅੱਛਾ ਕੰਮ ਕਰਤੇ ਹੈ, ਤੋ ਇਸਕੇ ਲੀਏ ਤੋ ਜੋ ਟੀਮ ਅੱਛੀ ਮਿਲ ਗਈ, ਹੁਣ ਵਾਹਿਗੁਰੂ ਦੀ ਕਿਰਪਾ ਨਾਲ ਤਾਂ ਰਿਜ਼ਲਟ ਵੀ ਅੱਛਾ ਹੀ ਆਏਗਾ। ਜੋ ਸੋਚ ਬਣਾਉਣ ਹਿੰਦੀ ਜਾ ਰਹੇ ਸੀ, ਅਗਰ ਪੰਜਾਬੀ ਲਾਈਨ 'ਚ ਵੜ ਗਏ ਹਾਂ ਉੱਪਰ ਵਾਲੇ, ਤਾਂ ਅੱਛੇ ਰਿਜ਼ਲਟ ਆਉਣਾ, ਪੋਜ਼ਿਟਿਵ ਵੀ ਆਏਗਾ। ਵੀ ਆਰ ਵੈਰੀ ਵੈਰੀ ਪੋਜ਼ਿਟਿਵ ਅਬਾਊਟ ਇਟ। ਵੈਸੇ ਕੀ ਚੀਜ਼ ਤੁਹਾਨੂੰ ਅਟਰੈਕਟ ਕੀਤੀ, ਮਤਲਬ ਤੁਸੀਂ ਤਾਂ ਹਮੇਸ਼ਾ ਹਿੰਦੀ ਦੇ ਤਰਫ ਤੇ, ਤਾਂ ਇੱਕਦਮ ਪੰਜਾਬੀ ਦੇ ਵਿੱਚ ਵਾਟ ਵਾਸ ਸੋ ਇੰਟਰਸਟਿੰਗ ਕਿ ਤੁਸੀਂ ਇਸ ਦੇ ਲਈ ਕੀਤਾ? ਗਰੋਥ ਬਹੁਤ ਅੱਛਾ ਕਰ ਰਿਹਾ ਪੰਜਾਬੀ, ਤੋ ਅੱਛਾ, ਮਤਲਬ ਕਿ ਰਿਸਪੋਂਸ ਵੀ ਅੱਛਾ ਆ ਰਿਹਾ ਪੰਜਾਬੀ ਫਿਲਮਸ ਕਾ, ਔਰ ਕਾਮੇਡੀ ਕੇ ਅੰਦਰ ਤੋ ਬੈਸਟ ਹੈ ਹੀ ਪੰਜਾਬੀ, ਤੋ ਕਾਮੇਡੀ ਕਾ ਹੀ ਆਪਣਾ ਫਲੇਵਰ ਹੈ, ਹਮ ਹਿੰਦੀ ਵੀ ਬਣਾਤੇ ਤੋ ਵੋ ਵੀ ਕਾਮੇਡੀ ਮੇਂ ਹੀ ਬਣਾਤੇ ਹੈਂ, ਤੋ ਹਮਨੇ ਕਾ ਪੰਜਾਬੀ ਵੀ ਫਿਰ ਕਰਤੇ ਹੈਂ ਸਟਾਰਟ। ਸੋ ਤੁਹਾਨੂੰ ਜ਼ਿਆਦਾ ਕਾਮੇਡੀ ਮੂਵੀਜ਼ ਦੇ ਵਿੱਚ, ਜਾਂ ਤੁਸੀਂ ਸੀਰੀਅਸ ਮੂਵੀ ਦੇ ਵਿੱਚ ਵੀ ਇਸ ਵੀ? ਅੱਜ ਕੱਲ੍ਹ ਇਤਨੀ ਟੈਨਸ਼ਨ ਹੋਤੀ ਹੈ ਸੀਰੀਅਸ ਰਹਿਣੇ ਕਾ, ਮਤਲਬ ਕਾਮੇਡੀ ਆਡੀਅੰਸ ਕੋ ਹਸਾਓ। ਆਡੀਅੰਸ ਜਾਏ 2-2.5 ਘੰਟੇ ਪਿਕਚਰ ਦੇਖ ਕੇ, ਬਸ ਦਿਮਾਗ ਕਰ ਰੱਖ ਕੇ ਹੱਸ ਕੇ ਆ ਜਾਏ, ਆਪਣੀ ਟੈਨਸ਼ਨਾਂ ਭੁੱਲ ਗਿਆ ਹੈ। ਮੈਨੂੰ ਲੱਗਦਾ ਤੁਸੀਂ ਰੀਅਲ ਲਾਈਫ ਦੇ ਵਿੱਚ ਵੀ ਇੱਦਾਂ ਹੀ ਹਮੇਸ਼ਾ ਮਸਤ ਰਹਿੰਦੇ, ਹਮੇਸ਼ਾ ਕਾਮੇਡੀ ਦੇ ਵਿੱਚ ਹੀ, ਕਦੇ ਉਹ ਚੀਜ਼ ਨਹੀਂ ਐਂਟਰਟੇਨਮੈਂਟ, ਲੋਕਾਂ ਨੂੰ ਹਸਾਉਣ ਦਾ ਵੀ ਤੁਸੀਂ। ਬਿਲਕੁਲ ਜੀ, ਬਿਲਕੁਲ। ਇਸ ਮੂਵੀ ਦੇ ਵਿੱਚ ਜਦੋਂ ਤੁਸੀਂ ਡਾਇਰੈਕਟਰ ਜਿਵੇਂ ਸਮੀਪ ਕਾਂਗ ਨੇ, ਬਿੰਨੂ ਢਿੱਲੋਂ ਦੇ, ਆਈ ਥਿੰਕ ਤੁਹਾਡੇ ਲਈ ਸਰ ਇੰਨੀਆਂ ਸਿਰਫ ਨੇਮਸ ਹੀ ਕਾਫੀ ਸੀ ਕਿ ਜੇ ਇੰਨੇ ਵੱਡੇ ਕਲਾਕਾਰ ਇਸ ਮੂਵੀਜ਼ ਦੇ ਵਿੱਚ ਰਹੇ ਤਾਂ ਇਟ ਵਿਲ ਬੀ ਡੈਫੀਨੇਟਲੀ ਬੀ ਅ ਹਿੱਟ। ਸੋ ਤੁਹਾਨੂੰ ਪੂਰੀ ਐਕਸਪੈਕਟੇਸ਼ਨ ਹੈ ਕਿ ਹੋਰ ਜਿਹੜੀ ਮੂਵੀਜ਼ ਨੇ ਸਮੀਪ ਕਾਂਗ ਦੀ, 100 ਕਰੋੜ ਦੇ ਵਿੱਚ ਕੇ ਤੁਸੀਂ ਉਹਨਾਂ ਚੀਜ਼ ਮੈਨਸ਼ਨ ਵੀ ਕੀਤੀ, ਸੋ ਤੁਹਾਨੂੰ ਕੀ ਲੱਗਦਾ ਇਹ ਹੁਣ ਆਪਣਾ ਰਿਕਾਰਡ ਤੋੜੇਗੀ, ਆਪਣਾ ਹੀ ਰਿਕਾਰਡ ਸਮੀਪ ਕਾਂਗ ਜੀ ਤੋੜਨਗੇ? ਦੇਖੋ, ਪ੍ਰੋਡਿਊਸਰ ਤੋਂ ਇਹੀ ਚਾਹੇਗਾ ਕਿ ਰਿਕਾਰਡ ਟੁੱਟਣੇ ਚਾਹੀਏ, ਬਾਕੀ ਟੀਮ ਓਵਰਆਲ ਅੱਛੀ ਹੈ ਔਰ ਸਭ ਮਤਲਬ ਕਲਾਸ ਹੈ, ਉਹ ਤੋਂ ਹੋ ਜਾਏਗਾ, ਐਸਾ ਕੁਛ ਨਹੀਂ ਹੈ ਕਿ, ਔਰ ਪ੍ਰੋਡਿਊਸਰ ਦਾ ਤਾਂ ਹਮੇਸ਼ਾ ਇਹੀ ਹੋਏਗਾ ਕਿ ਹਾਂ ਬੈਨੀਫਿਟਸ ਹੋ, ਤਾਂ ਉਹ ਤਾਂ ਕਹੇਗਾ 100+ ਹੈ। ਪਬਲਿਕ ਅਗਰ ਥੀਏਟਰ 'ਚ ਜਾਏਗੀ, ਪਬਲਿਕ ਨੂੰ ਮੂਵੀ ਪਸੰਦ ਆਏਗੀ, ਤਾਂ 100% ਹੋਏਗਾ ਜੀ, ਕੰਮ ਕਿਉਂ ਨਹੀਂ ਹੋਏਗਾ? ਆਪਣੇ ਵੱਲੋਂ ਤਾਂ ਅਸੀਂ ਬੈਸਟ ਹੀ ਕੰਮ ਕਰਾਂਗੇ, ਬਾਕੀ ਸਮੀਪ ਜੀ ਬੈਸਟ ਹੈ ਹੀ ਨੇ, ਦੀ ਬੈਸਟ। ਹਾਂਜੀ, ਉਹ ਤਾਂ ਹੈ। ਅਤੇ ਫਰਦਰ ਤੁਹਾਡੇ ਪ੍ਰੋਜੈਕਟਸ ਕਿਹੜੇ ਨੇ ਇਸ ਦੇ ਵਿੱਚ? ਕੋਈ ਫਰਦਰ ਪ੍ਰੋਜੈਕਟ ਸਾਰੇ ਨੇ ਹਿੰਦੀ ਦੇ ਵਿੱਚ ਜਾਂ ਪੰਜਾਬੀ ਮੂਵੀਜ਼? ਹਿੰਦੀ ਮੇਂ ਵੀ ਅਭੀ ਚੱਲ ਰਹੇ ਹੈ, ਤੋ ਅਭੀ ਤੋਂ ਪਹਿਲੇ ਇਹ ਕਰੇਂਗੇ ਫਸਟ, ਫਿਰ ਨੈਕਸਟ ਈਅਰ ਵੀ ਕੁਛ ਪਲਾਨ ਕਰ ਰਹੇ ਹਾਂ ਬਾਲੀਵੁੱਡ, ਤੋ ਹੌਲੀ ਹੌਲੀ ਸਟੈਪ ਬਾਏ ਸਟੈਪ ਚੱਲਾਂਗੇ, ਜ਼ਿਆਦਾ ਤੇਜ਼ ਨਹੀਂ ਦੌੜਾਂਗੇ, ਇੱਕ ਇੱਕ ਕਰਕੇ ਸੀੜੀ ਚੜਾਂਗੇ। ਹਾਂਜੀ, ਤੇ ਫਿਰ ਡੈਫੀਨੇਟਲੀ ਇਹ ਮੂਵੀ ਵੀ ਹਿੱਟ ਜਾਊਗੀ ਤੇ ਰਿਕਾਰਡ ਤੋੜੇਗੀ, ਤੇ ਤੁਹਾਡਾ ਨਵਾਂ ਨਵਾਂ ਪ੍ਰੋਜੈਕਟ ਹੈ, ਮੈਂ ਪਹਿਲੇ ਹੀ ਬੋਲਦੀ ਹਾਂ ਕਿ ਰੇਜ਼ਿੰਗ ਡੇ ਤੇ 23 ਅਗਸਤ ਕੀ ਹੈ, ਤੋ ਪਹਿਲੀ ਅਨਾਊਂਸਮੈਂਟ ਕਰਦੀ ਤੋ ਸਮਝੋ ਆਪ ਕੁਝ ਡਿਫਰੈਂਟ ਔਰ ਕੁਝ ਅੱਛਾ ਹੋਗਾ, ਫੁੱਲ ਇੰਟਰਟੇਨਮੈਂਟ ਡੈਫੀਨੇਟਲੀ ਸਾਡੇ ਦਰਸ਼ਕਾਂ ਨੂੰ ਇਸ ਵਿੱਚ ਨਵਾਂ ਦੇਖਣ ਲਈ ਮਿਲੇਗਾ, ਐਂਡ ਇਟ ਵਿਲ ਬੀ ਡੈਫੀਨੇਟਲੀ ਬੀ ਐਨ ਐਕਸਾਈਟਿੰਗ ਐਂਡ ਅਮੇਜ਼ਿੰਗ ਮੂਵੀ। ਐਕਚੁਅਲੀ ਲੋਕ ਬਾਗ ਫਿਲਮੋਂ ਮੇਂ ਦਿਖਾਤੇ ਹੈ ਕਿ ਸ਼ਾਦੀ ਸੇ ਪਹਿਲੇ ਯੇ ਚੀਜ਼ੇਂ ਹੋਤੀ ਹੈਂ, ਸ਼ਾਦੀ ਕੇ ਬਾਅਦ ਕੋਈ ਨਹੀਂ ਦਿਖਾਤਾ, ਤੋ ਹਮਨੇ ਕਹਾ ਸ਼ਾਦੀ ਕੇ ਬਾਅਦ ਕਿਆ ਹੋਤਾ ਹੈ ਲਾਈਫ ਮੇਂ ਵੋ ਵੀ ਦਿਖਾਨਾ ਚਾਹੀਏ। ਹਾਂ, ਤੇ ਜੇ ਬਿੰਨੂ ਢਿੱਲੋਂ ਜੀ ਨੇ ਉਸ ਮੂਵੀ ਦੇ ਵਿੱਚ ਤਾਂ ਉਹਦਾ ਬਹੁਤ ਹੀ ਜ਼ਿਆਦਾ ਕਾਮੇਡੀ ਹੋਈ। ਹਾਂਜੀ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਪ੍ਰੈਸ ਦੀ ਬੈਲ ਆਈਕਨ ਐਂਡ ਨੈਵਰ ਮਿਸ ਐਨ ਅਪਡੇਟ ਫਰੋਮ ਸਿੰਗ ਆਨਲਾਈਨ।